ਅੱਜ ਆਪਾਂ ਵਰਕਆਊਟ ਕਰਾਂਗੇ ਪਿੰਕੇ ਜਰਗਨਾ ਗਰਾਊਂਡ ਦੇ ਵਿੱਚ। ਬੜਾ ਹੀ ਕਿਲਰ ਵਰਕਆਊਟ ਹੋਊਗਾ, ਚਾਹੇ ਸਪੀਡ ਵਧਾਉਣੀ ਹੈ, ਚਾਹੇ ਕੋਈ ਵੀ ਗੇਮ ਹੋਵੇ, ਸਤਰੈਂਥ ਵਧਾਉਣੀ ਹੈ, ਫੈਟ ਲੋਸ ਕਰਨੀ ਆ, ਅਤੇ ਸਿੱਧਾ ਗਰਾਊਂਡ 'ਚ ਚੱਲਦੇ ਹਾਂ ਅਤੇ ਮੁੰਡੇ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੀ ਧਰਤੀ 'ਤੇ। ਹੋਰ ਦੇਖੋ ਮੁੰਡੇ ਦੇ ਪੱਟ ਦੀ ਘੁੱਗੀ ਮਾੜੀ ਜੀ। ਅਤੇ ਇੱਕ ਹੋਰ ਬੜੀ ਯਾਰ ਗੱਲ ਕਲੀਅਰ ਕਰ ਦਈ ਆਪਾਂ, ਬਹੁਤ ਬੰਦੇ ਪੁੱਛਦੇ ਨੇ ਵੀ ਪਿੰਕਾ ਜਰਗ ਬ੍ਰਦਰ ਆ ਤੇਰਾ, ਰੀਅਲ ਬ੍ਰਦਰ ਆ ਭਾਈ, ਮਿੱਤਰੋ, ਅਤੇ ਜਿਹੜੇ ਵੀ ਕਲਾਇੰਟ ਵੀ ਕਹਿੰਦੇ ਨੇ ਕਈ ਵਾਰ ਬੰਦੇ ਆਉਂਦੇ ਨੇ, ਮੈਂ ਪੁੱਛਦਾ ਉਹਨਾਂ ਗੋਲ ਕੀ ਆ ਬਾਈ ਤੁਹਾਡਾ, ਪਿੰਕ ਤੇਰੀ ਫੋਟੋ ਭੇਜ ਕੇ, ਬਸ ਆਹੀ ਗੋਲ ਆ, ਪਿੰਕੇ ਜਰਗ ਵਰਗੀ ਬੋਡੀ ਬਣਾਉਣੀ ਆ। ਤਾਂ ਬੰਦੇ ਕਹਿੰਦੇ ਯਾਰ ਨੈਚੁਰਲ ਇੰਨੀ ਘੈਂਟ ਬੋਡੀ ਆ ਨਾ, ਮਿਹਨਤ ਕਰਕੇ ਯਾਰ ਪਿੰਕੇ ਜਰਗ ਵਰਗੀ ਬੋਡੀ ਬਣਾਉਣੀ ਆ। ਸੋ ਮਿਹਨਤ ਕਰੋਗੇ ਬਾਈ ਸਭ ਕੁਝ ਬਣ ਜਾਂਦਾ ਜੀ। ਇਹ ਮੁੰਡਾ ਹੈਗਾ ਭਾਈ ਰਿਡਰ, ਮੈਂ ਹੈਗਾ ਜਾਫੀ, ਤੇ ਗਰਾਊਂਡ 'ਚ ਪੰਗਾ ਵੀ ਪੈ ਸਕਦਾ, ਪੰਗਾ ਪੈ ਸਕਦਾ, ਸਾਨੂੰ ਪਤਾ ਹੀ ਆ ਫਿਰ ਰਿਡਰ ਜਾਫੀ ਦਾ ਗਰਾਊਂਡ ਵੀ ਘਾਲ ਆ, ਸਲਿੱਪਰੀ ਵੀ ਆ, ਸਵੇਰੇ ਸਵੇਰੇ ਸਾਜੇ ਹੋ ਜਾਂਦਾ ਕਈ ਵਾਰ ਕੰਮ। ਪਰ ਇਹ ਹੁਣ ਮੁੰਡਾ ਸਟਿਲ ਖੇਡ ਰਿਹਾ ਹਲੇ ਚੁੱਬਰ, ਮੈਂ ਗੇਮ ਛੱਡੀ ਹੋਈ ਆ, ਪਰ ਜੇ ਛੱਡੀ ਹੋਈ ਆ ਫਿਰ ਹੱਥੋਂ ਹਥਿਆਰ ਨਹੀਂ ਗਏ ਹੈਗੇ ਹਲੇ। ਸਹੀ ਗੱਲ ਆ ਵੀ ਅੱਜ ਲੱਗ ਜੂ ਪਤਾ, ਦੇਖ ਲੈਣਾ ਗਰਾਊਂਡ 'ਚ ਜਾ ਕੇ, ਸੋ ਬੰਦਾ ਤਗੜਾ ਆਪਾਂ ਮਜ਼ਾਕ ਕਰ ਲਈਦਾ। ਬੰਦਾ ਚੁੱਬਰ ਦੀ ਮਿਹਨਤ ਹੁਣ ਹੈਗੀ ਆ ਫੁੱਲ, ਸਵੇਰੇ ਸਵੇਰੇ ਵਾਕ ਕਰਿਆ ਕਰੋ, ਮੋਰਨਿੰਗ ਫਾਸਟ ਕਾਰਡੀਓ ਕਰਿਆ ਕਰੋ, ਖਾ ਕੇ ਕੁਛ ਨਹੀਂ ਆਉਣਾ, ਜਾ ਕੇ ਖਾਓ, ਕੁਛ ਨਹੀਂ ਖਾਧਾ, ਜਾ ਕੇ ਖਾਓ ਜਿਹੜਾ ਕੁਛ ਖਾਣਾ, ਸੇਬ ਦਾ ਸਿਰਕਾ ਤੇ ਇੱਕ ਸ਼ਾਟ ਲੈਮਨ ਵਾਟਰ ਦਾ, ਐਲ ਕਾਰਨੀਟਾਈਨ ਤੇ ਬਲੈਕ ਕਾਫੀ, ਬਸ ਵਾਟਰ ਵੂਟਰ ਰੱਖੋ ਹੱਥ 'ਚ, ਤੇ ਸਪਰਿੰਟਾਂ ਸਪੁੰਟਾਂ ਕੁਛ ਹੈ ਨਾ, ਕਾਰਡੀਓ ਕੂਡੀਓ ਜਿੰਮ ਜੁੰਮ ਜਦੋਂ ਮਰਜ਼ੀ ਸ਼ਾਮ ਨੂੰ ਲਾਓ, ਕਾਰਡੀਓ ਜ਼ਰੂਰ ਸਵੇਰੇ ਕਰੋ ਯਾਰ, ਸਵੇਰੇ ਆਉਣ ਦਾ ਪਿੰਕੇ ਸਟ੍ਰੈਸ ਬਹੁਤ ਘੱਟਦਾ ਨਾ, ਦੇਖ ਕੋਈ ਵੀ ਯਾਰ ਤੁਹਾਡੇ ਕੋਲ ਕੋਈ ਮੂਵਮੈਂਟ ਆ, ਜ਼ਰੂਰੀ ਨਹੀਂ ਕਿ ਬਾਹਰੋਂ, ਅਤੇ ਸਵੇਰੇ ਦੇਖ ਲਾ ਤੂੰ ਚਿੜੀਆਂ ਚੁੜੀਆਂ ਨਾ, ਅੱਡੇ ਇੱਕ ਪੋਜ਼ਿਟਿਵ ਐਨਰਜੀ ਜੀ ਹੁੰਦੀ ਆ, ਹਾਜ਼ਮ ਬਹੁਤ ਹੁੰਦਾ ਵਧੀਆ। ਹੁਣ ਕਿੱਥੇ ਤਾਂ ਉੱਠ ਕੇ ਸਵੇਰੇ ਜਾ ਕੇ ਬੰਦੇ ਨੇ ਬਿਨਾਂ ਭੁੱਖੇ ਖਾਣ ਲੱਗ ਜਾਣਾ ਹੈ ਨਾ, ਅਤੇ ਕਿੱਥੇ ਆਪਾਂ ਹੁਣ ਵਾਕ ਬੂਕ ਕਰਕੇ ਆਏ ਹਾਂ, ਜਾਂ ਫਿਰ ਮੁੜ ਕੇ ਬੰਦਾ ਕੋਈ ਖਾਂਦਾ ਵੀ ਆ, ਕੁਛ ਵੀ ਬ੍ਰੇਕਫਾਸਟ ਤੁਸੀਂ ਕਰਦੇ ਹੋ, ਉਹ ਤੁਹਾਡੇ ਹਾਜ਼ਮ ਵੀ ਵਧੀਆ ਹੁੰਦੀ ਆ, ਚੀਜ਼ ਫੈਸਟ ਹੋਰ ਵੀ ਨਹੀਂ ਜਾਂਦੀ, ਅਤੇ ਜਾਂ ਭੁੱਖ ਬੰਦੇ ਨੂੰ ਵਧੀਆ ਲੱਗੇ ਆਉਂਦੀ ਆ। ਆਹ ਗਰਾਊਂਡ ਆ ਮਿੱਤਰੋ, ਇੱਥੇ ਸੱਟਾਂਗੇ ਸਪਰਿੰਟਾਂ ਸਪਰਿੰਟਾਂ, ਹੁਣ ਐਕਸਾਈਜ਼ ਦਿਖਾਵਾਂਗੇ ਅੱਜ ਤੁਹਾਨੂੰ ਪਿੰਕੇ ਜਰਗ ਦੀ, ਇਹ ਮੁੰਡਾ ਹਜੇ ਸੈੱਟ ਜਿਹਾ ਕਰ ਰਿਹਾ ਸਰੀਰ ਨੂੰ, ਜੈਟ ਲੈਗ ਹੋਇਆ ਹੋਇਆ ਹਲੇ, ਤੁਹਾਨੂੰ ਪਤਾ ਹੀ ਆ ਪਲੇਨ ਦੇ ਵਿੱਚ ਖਾਣ ਪੀਣ ਦਾ ਸਿਸਟਮ ਅਤੇ ਨੀਂਦ ਨੂੰ ਦਾ ਸਿਸਟਮ, ਅਤੇ ਆਹ ਬਾਈ ਦੀ ਅਸੀਂ ਵੀਡੀਓ ਨਹੀਂ ਦਿਖਾਉਣੀ, ਪਰ ਇਹ ਗੋਲਫ ਖੇਡਦਾ ਹੁੰਦਾ ਪਿੰਕੇ ਵੀਰ, ਇਹ ਨਾਲੇ ਕਾਫੀ ਉਮਰ ਆ ਬਾਈ ਦੀ, ਆ ਜਾ ਵੀ ਸ਼ੇਰਾ, ਓਕੇ ਜੀ ਹੁਣ ਕਰਦੇ ਹਾਂ ਕੰਮ ਕਿਹੜਾ, ਜਿਵੇਂ ਸਾਈਡਾਂ 'ਤੇ ਹੱਥੋਂ ਤੋਂ ਲਾ ਕੇ ਭੱਜਣਾ, ਜਾਂ ਜੰਪ ਜੁੰਪ ਕੋਈ ਵੀ ਕਾਰਡੀਓ ਐਕਸਰਸਾਈਜ਼ਾਂ 'ਚੋਂ ਆਉਣਗੀਆਂ, ਜਿਹੜੀਆਂ ਕਿ ਮੰਨ ਲਓ ਹਿੱਟ ਕਾਰਡੀਓ ਟਾਈਪ ਵੀ ਹੋਣਗੀਆਂ, ਜਾਂ ਫਿਰ ਤੁਸੀਂ ਲੋ 'ਤੇ ਵੀ ਬਹੁਤ ਲੋ ਇੰਟੈਂਸਿਟੀ 'ਤੇ ਵੀ ਕਰ ਸਕਦੇ ਹੋ, ਜਿਹਦੇ ਨਾਲ ਆਪਣੀ ਫੈਟ ਬਰਨ ਵੀ ਹੋਊਗੀ, ਤੁਹਾਡੇ 'ਚ ਸਪੀਡ ਵੀ ਆਊਗੀ, ਚਾਹੇ ਤੁਸੀਂ ਕੋਈ ਗੇਮ ਕਰਦੇ ਹੋ, ਫੁੱਟਬਾਲਰ ਹੋ, ਕਬੱਡੀ ਐਥਲੀਟ ਹੋ, ਜਾਂ ਪਾਵਰ ਲਿਫਟਰ ਹੋ, ਤੁਹਾਡੇ ਫਾਸਟ ਵਿੱਚ ਮਸਲ ਫਾਈਬਰ ਵਧਾਉਣੇ ਨੇ, ਬਲ ਹੁਣ ਇੱਦਾਂ ਦੀ ਐਕਸਰਸਾਈਜ਼ਾਂ 'ਤੇ ਤੁਸੀਂ ਬੋਡੀ 'ਤੇ ਸਟ੍ਰੈਸ ਦੇਵੇਗੇ ਹੋ, ਕਿਉਂਕਿ ਬੋਡੀ ਆਲਵੇਜ਼ ਮੈਂ ਤੁਹਾਨੂੰ ਦੱਸਦਾ ਰਹਿੰਦਾ ਸਵੇਰੇ ਸਟ੍ਰੈਸ ਮੋਡ 'ਚ ਹੁੰਦੀ ਆ। ਸੋ ਹੁਣ ਤੁਸੀਂ ਚਾਹੇ ਸਪਰਿੰਟਾਂ ਲਓ ਜਾਂ ਕੋਈ ਵੀ ਵਰਕਆਊਟ ਕਰੋ, ਥੋੜ੍ਹੀ ਫੈਟ ਬਰਨ ਇੱਥੇ ਬਹੁਤ ਜ਼ਿਆਦਾ ਹੋਊਗੀ। ਵਰਕਆਊਟ ਸ਼ੁਰੂ ਕਰਦੇ ਹਾਂ ਪਿੰਕੇ ਜਰਗ ਦਾ, ਦੇਖਦੇ ਹਾਂ ਕਿ ਕਿੱਦਾਂ ਇਹਨੇ ਸਰੀਰ ਫਿੱਟ ਰੱਖਿਆ ਹੋਇਆ, ਫੈਟ ਆਪਣੀ ਘਟਾ ਕੇ ਰੱਖਦਾ ਮੁੰਡਾ, ਕਿਉਂਕਿ ਆਹ ਟਾਈਮ ਵਰਕਆਊਟ ਕਰਦਾ, ਅਤੇ ਕੁਛ ਕੁ ਐਕਸਰਸਾਈਜ਼ਾਂ ਆਪਣੇ ਕਬੱਡੀ ਦੇ ਲਈ, ਉਹ ਆਪਣੀ ਕਬੱਡੀ ਦੀ ਜਿਹੜੀ ਹੈਗੀ ਆ ਸਕਿੱਲ ਇੰਪਰੂਵ ਕਰ ਲਈ ਇਹ ਲਾਉਂਦਾ, ਉਹ ਵੀ ਆਪਾਂ ਦੇਖਾਂਗੇ, ਕਿਉਂਕਿ ਤੁਹਾਨੂੰ ਆਪਣੇ ਗੇਮ ਦੇ ਹਿਸਾਬ ਨਾਲ ਐਕਸਰਸਾਈਜ਼ ਕਰਨੀ ਪੈਂਦੀ ਆ। ਹੁਣ ਤੁਸੀਂ ਦੇਖੋਗੇ ਕਿ ਕ੍ਰਿਕਟ ਵਾਲੇ ਬੰਦੇ ਨੇ ਉਹ ਨੈੱਟ 'ਤੇ ਪ੍ਰੈਕਟਿਸ ਕਰਦੇ ਰਹਿੰਦੇ ਨੇ, ਅਤੇ ਉਹੀ ਚੀਜ਼ ਹੁੰਦੀ ਆ ਤੁਹਾਡੀ ਕੋਈ ਵੀ ਗੇਮ ਆ, ਤੁਸੀਂ ਉਹ ਲੈਵਲ ਦੀ ਮਿਹਨਤ ਕਰੇਗੇ ਉਹਦੇ ਵਿੱਚ ਤੁਹਾਡੀ ਕਾਰਡੀਓ ਹੋ ਜਾਣੀ ਆ, ਅਤੇ ਉਹਦੇ ਵਿੱਚ ਨਾਲੇ ਤੁਹਾਡੀ ਉਹ ਸਕਿੱਲ ਬਣੀ ਜਾਊਗੀ, ਕਿਉਂਕਿ ਤੁਸੀਂ ਜੋ ਵੀ ਗੇਮ ਖੇਡਦੇ ਹੋ ਉਹੀ ਟਾਈਪ ਦੀ ਐਕਸਰਸਾਈਜ਼ਾਂ ਜ਼ਿਆਦਾ ਕਰਿਆ ਕਰੋ। ਪਹਿਲਾਂ ਸਟ੍ਰੈਚ ਟ੍ਰੁੱਚ ਕਰ ਲਿਆ ਕਰੋ, ਜਿਵੇਂ ਹੈਮਸਟ੍ਰਿੰਗ ਸਟ੍ਰੈਚ ਹੋ ਗਿਆ ਤੁਹਾਡਾ, ਕੁਆਡ ਦਾ ਸਟ੍ਰੈਚ ਹੋ ਗਿਆ, ਮੂਹਰਲੇ ਪੱਟ ਦੇ ਮੂਹਰਲੇ ਮਸਲ ਦਾ, ਅਤੇ ਹੈਮਸਟ੍ਰਿੰਗ ਦਾ, ਇਹ ਸਾਰੇ ਮਸਲਾਂ ਦੇ, ਗਲੂਟ ਦਾ ਸਟ੍ਰੈਚ, ਇਹ ਸਾਰੇ ਮਸਲਾਂ ਦਾ ਤੁਸੀਂ ਸਪਰਿੰਟਾਂ ਲਾਉਣੀ ਜਾਂ ਕੋਈ ਵੀ ਐਕਸਰਸਾਈਜ਼ ਕਰਨੀ ਆ, ਚਾਹੇ ਜਿੰਮ ਦੇ ਵਿੱਚੋਂ, ਸਟ੍ਰੈਚਿੰਗ ਕਰਨੀ ਜ਼ਰੂਰੀ ਆ ਪਹਿਲਾਂ ਅਤੇ ਬਾਅਦ 'ਚੋਂ, ਤਾਂ ਕਿ ਤੁਹਾਡੇ ਇੰਜਰੀ ਨਾ ਹੋਵੇ, ਮਸਲ ਦੀ ਰਿਕਵਰੀ ਹੋਵੇ। ਸੋ ਪਹਿਲਾਂ ਟਰੈਕ ਦੇ ਵਿੱਚ ਰਨਿੰਗ, ਜਿਵੇਂ ਮੈਂ ਕਿਹਾ ਸੀ, ਇੱਕ ਦੋ ਗੇੜੇ ਸਲੋ ਲਾਓ, ਬੂਟ ਲਾ ਕੇ ਵੀ ਅਸੀਂ ਗੇੜੇ ਲਾਵਾਂਗੇ, ਕਿਉਂਕਿ ਮੈਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਵੀ ਪਾਈ ਸੀ ਨਾ, ਕਿਹਾ ਸੀ ਆਪਾਂ ਵੀਡੀਓ 'ਚ ਘਾਹ 'ਤੇ ਭੱਜਣ ਦੇ ਨੰਗੇ ਪੈਰੀ ਭੱਜਣ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ। ਸੋ ਪਹਿਲੀਆਂ ਇੱਕ ਦੋ ਸਪਰਿੰਟਾਂ ਤੁਸੀਂ ਸਲੋ ਲਾਉਣੀਆਂ ਨੇ, ਕਿਉਂਕਿ ਪਹਿਲੀ ਜਦੋਂ ਸਰੀਰ ਖਿੱਚਦੇ ਆ ਨਾ, ਫਿਰ ਇੰਜਰੀ ਦੇ ਚਾਂਸ ਹੋ ਜਾਂਦੇ ਨੇ।
ਸੋ ਇੱਕ ਦੋ ਕੁ ਸਪਰਿੰਟਾਂ ਤੁਸੀਂ ਸਲੋ ਲਾਓ ਅਤੇ ਦੂਜੇ ਪਾਸਿਓਂ ਤੁਸੀਂ ਭੱਜ ਕੇ ਆਓ ਇੱਦਾਂ ਹੌਲੀ ਹੌਲੀ ਹੈ ਨਾ। ਤੋ ਇੱਧਰ ਥੋੜ੍ਹਾ ਜਿਹਾ ਸਪੀਡ 'ਤੇ ਜਾਣਾ, ਯਾਨੀ ਕਿ ਤੀਜੀ ਚੌਥੀ ਪੰਜਵੀਂ ਸਪਰਿੰਟ ਥੋੜ੍ਹੀ ਹਾਰਡ ਹੋ ਜਾਣੀ ਚਾਹੀਦੀ ਆ ਪੂਰੀ, ਹੈ ਨਾ। ਸੋ ਹੁਣ ਤੁਸੀਂ ਸਪਰਿੰਟ ਤੇਜ਼ ਖਿੱਚ ਦੇਣੀ ਆ, ਠੀਕ ਆ, ਦੋ ਚਾਰ ਹੌਲੀ ਲਾ ਕੇ। ਕਿ ਬਸ ਤੁਸੀਂ 10-12 ਸਪਰਿੰਟਾਂ ਜਾਂ 15 ਸਪਰਿੰਟਾਂ ਵੀ ਲਾ ਸਕਦੇ ਹੋ ਅਤੇ ਨਾਲੇ ਥੋੜ੍ਹੀ ਸਪੀਡ ਵਗੈਰਾ ਵਧੀਆ ਹੋਊਗੀ। ਬਾਡੀ ਦਾ ਇੰਜਣ ਕਰਨ ਵਾਲਾ ਵਰਕਆਊਟ ਆ ਇਹ, ਸਟੈਮਿਨਾ ਸਟੂਮਿਨਾ ਜਿੰਮਾਂ ਜੁੰਮ ਵਾਲੇ ਵਰਕਆਊਟ ਨਹੀਂ ਇਹਦੇ ਬਰਾਬਰ ਰਲਦੇ। ਫਿਰ ਇਹਦੇ ਨਾਲ ਐਪ ਬਹੁਤ ਬਣਦੇ ਨੇ ਦਿਨਾਂ 'ਚ, ਤੁਹਾਡੇ ਐਪ ਥੋੜ੍ਹਾ ਕੋਰ ਇੰਨਾ ਸਟਰੋਂਗ ਹੋਊਗਾ ਨਾ, ਢਿੱਡ 'ਚ ਜਾਣ ਜ਼ਰੂਰੀ ਆ। ਇੱਕ ਚੀਜ਼ ਦਾ ਧਿਆਨ ਰੱਖਿਓ ਮਿੱਤਰੋ, ਜੇ ਕੋਈ ਵੀ ਗੇਮ ਖੇਡਣੀ ਆ ਨਾ, ਕੋਈ ਵੀ ਗੇਮ, ਢਿੱਡ ਤੋਂ ਪਾਵਰ ਤੁਹਾਡੀ ਬਾਡੀ ਨੇ ਲੈਣੀ ਆ। ਜੇ ਤੁਹਾਡਾ ਢਿੱਡ ਤੁਹਾਡਾ ਕੋਰ ਸਟਰੋਂਗ ਆ ਨਾ, ਤਾਂ ਤੁਹਾਡੀ ਬੈਕ ਤੁਹਾਡੀ ਢੂਹੀ ਵੀ ਸਟਰੋਂਗ ਹੋਊਗੀ। ਸੋ ਆਹ ਬਹੁਤ ਖਤਰਨਾਕ ਐਕਸਰਸਾਈਜ਼ ਆ, ਚਾਹੇ ਫੈਟ ਬਰਨ ਹੁੰਦੀ ਆ, ਚਾਹੇ ਤੁਹਾਡਾ ਕੋਰ ਸਟਰੋਂਗ ਕਰਨਾ, ਅਤੇ ਇਹਦਾ ਵੀ ਸੈੱਟ ਜ਼ਰੂਰ ਲਾਇਆ ਕਰੋ। ਸਿੰਪਲੀ ਆਪਾਂ ਇਹਨੂੰ ਕਹਿ ਦਿੰਦੇ ਹਾਂ, ਜੇ ਪੰਜਾਬੀ 'ਚ ਨਾ ਕੋਈ, ਮੈਂ ਤੁਹਾਨੂੰ ਦੱਸਾਂ ਕਿ ਛਾਤੀ ਨੂੰ ਗੋਡੇ ਲਾਉਂਦੇ ਜਾਣਾ ਤੁਸੀਂ। ਓਕੇ ਜੀ, ਸੋ ਆਹ ਪਿੰਕੇ ਦੀ ਫੇਵਰੇਟ ਐਕਸਰਸਾਈਜ਼ ਆ। ਇਹ ਕਹਿੰਦਾ ਮੈਂ 15-15 ਦੇ ਸੈੱਟ ਲਾਉਂਦਾ ਸੀਗਾ, ਕਿੰਨੀਆਂ ਲਾਉਂਦੇ ਸੀ ਪਿੰਕੇ? ਡੇਲੀ 500। ਡੇਲੀ 500, ਮੈਂ ਸੁਣ ਕੇ ਹੈਰਾਨ ਰਹਿ ਗਿਆ ਯਾਰ, ਇੱਥੋਂ ਪਤਾ ਲੱਗਦਾ ਕਿ ਯਾਰ ਤਾਂ ਹੀ ਇੱਕ ਪੁੱਲ ਆਪੇ ਨੂੰ ਕਿਗਣਾ ਆਪਾਂ ਨੇ। ਇੱਥੇ ਵੈਸੇ ਹੱਥ ਨਹੀਂ ਪ੍ਰੋਪਰ ਪੈ ਰਹੇ। ਹਾਂ, ਜਦੋਂ ਜਿੰਮ 'ਚ ਹੁੰਦੇ ਉੱਥੇ ਆਪਣੇ ਕੋਲ ਪੂਰਾ ਵਧੀਆ ਹੁੰਦਾ, ਇੱਥੇ ਮੇਰੇ ਹੱਥ ਨਹੀਂ ਪੈ ਰਹੇ, ਪਰ ਤੁਹਾਨੂੰ ਫਿਰ ਵੀ ਲਾ ਕੇ ਦਿਖਾਉਂਦੇ ਆ। ਚੱਲ ਜਾਣ ਦੇ ਸ਼ੇਰ, ਇੱਕ ਡੰਡ ਵਿੱਚ ਇੱਕ ਬੀਮ ਬੂਮ ਸਾਰਾ ਕੁਝ ਇਕੱਠਾ ਹੀ ਆ। ਮੈਨੂੰ ਨਹੀਂ ਲੱਗਦਾ ਇਹ ਐਕਸਰਸਾਈਜ਼ ਕਿਸੇ ਚੀਜ਼ ਦਾ ਨਾਂ ਜ਼ੋਰ ਲੱਗਦਾ ਹੋਵੇ, ਲੈਗ ਦਾ, ਖੋਚਾਂ ਦਾ, ਬਾਈਸੈਪ ਦਾ, ਚੈਸਟ ਦਾ, ਬੈਕ ਦਾ, ਹਰ ਇੱਕ ਚੀਜ਼ ਦਾ ਜ਼ੋਰ ਲੱਗਦਾ। ਜਾਨ ਕੱਢ ਐਕਸਰਸਾਈਜ਼ ਆ। ਇੱਕ ਆਪਾਂ ਬੀਮ ਜਿਵੇਂ ਕਹਿ ਦੀ, ਇੱਕ ਡੰਡ, ਬੀਮ, ਜੰਪ, ਸਾਰਾ ਕੁਝ ਇਕੱਠਾ ਹੀ ਆਉਂਦਾ। ਤੁਹਾਨੂੰ ਦੱਸਿਆ ਸੀ ਮੈਂ, ਇੰਜਣ ਕਰਨ ਵਾਲੀ ਐਕਸਰਸਾਈਜ਼ ਆ ਨੇ ਇਹ ਗਰੋਥ ਹਾਰਮੋਨ ਸਾਰਾ ਕੁਝ ਬੂਸਟ ਹੁੰਦਾ ਅੰਦਰੋਂ। ਇਹਦੇ ਨਾਲ ਤੁਹਾਡੇ ਫਾਸਟਟ ਵਿੱਚ ਮਸਲ ਫਾਈਬਰ ਵੀ ਸਾਰੀ ਬਾਡੀ ਐਕਟੀਵੇਟ ਹੁੰਦੀ ਆ। 500 ਭਰਾਵਾ, 15-15 ਦੇ ਸੈੱਟ ਬਣਾ ਕੇ 500 ਲਾਉਂਦਾ ਮੁੰਡਾ, ਫਿਰ ਬਣਦੇ ਨੇ ਸਰੀਰ, ਸਿਰ ਹੀ ਆ ਕੰਮ। ਮੁੜਿਆ ਭਰਾਵਾ, ਵੀਡੀਓ ਬਹੁਤ ਲੰਬੀ ਹੋ ਜੂ। ਇਹ ਕਾਹਦੇ ਬੈਲਸ ਲਈ ਆ? ਬਾਡੀ ਦਾ ਬੈਲਸ ਲਈ। ਖੜਨਾ ਜਾ ਕੇ ਹੈ? ਇਹ ਰੇਡਰਾਂ ਲਈ ਜਾਂ ਜਾਫੀਆਂ ਲਈ ਵੀ ਲੋਟ ਆ ਕੰਮ? ਇਹ ਸਾਰੇ ਲਈ ਜੇ ਬਾਡੀ ਦਾ ਬੈਲਸ ਬਣਾਉਣਾ, ਬਸ ਇੱਥੇ ਆ ਕੇ ਖੜਨਾ ਹੈ। ਇਹ ਨਾਲੇ ਕਾਰਡੀਓ ਦੀ ਕਾਰਡੀਓ, ਮਤਲਬ ਹੱਥ ਲਾ ਕੇ ਥੋੜ੍ਹਾ ਬੈਲਸ ਬਣਾ ਲੈਣਾ, ਬੰਦਾ ਮਾਰੂ ਐਕਸਰਸਾਈਜ਼ ਆ ਇਹ। ਦੋ ਲਾਈਨਾਂ ਵੀ ਲਾ ਸਕਦੇ ਯਾਰ ਤੁਸੀਂ, ਜਾਂ ਬੋਤਲਾਂ ਰੱਖ ਲਓ। ਸੋ ਸਾਈਡਾਂ 'ਤੇ ਹੱਥ, ਮੈਂ ਇਹਨੂੰ ਕਹਿੰਦਾ ਸਾਈਡਾਂ 'ਤੇ ਹੱਥ ਲਾ ਕੇ ਭੱਜਣਾ, ਸੋ ਇੱਧਰੋਂ ਉੱਧਰ, ਇੱਧਰੋਂ ਉੱਧਰ ਪੂਰੀ ਤੇਜ਼। ਚੱਲ ਵੀ ਪ੍ਰਨੀਤ ਸਿੰਘ ਪਿੰਕਾ ਜਰਗ, ਸੋ ਇਹਨੂੰ ਹੱਥ ਲਾ ਕੇ ਇੱਦਾਂ, ਉੱਥੇ ਸਲੋ ਹੋ ਕੇ ਹੱਥ ਲਾ ਕੇ ਇੱਦਾਂ। ਸਲਿਪਰੀ ਬਹੁਤ ਆ ਉੱਥੇ ਯਾਰ, ਥੋੜ੍ਹਾ ਧਿਆਨ ਨਾਲ, ਘਾਹ ਬਹੁਤ ਗਿੱਲਾ। ਹੁਣ ਆਹ ਦੇਖ ਲਓ, ਗਰਾਊਂਡ ਦੇ ਵਿੱਚ ਤੁਸੀਂ ਕੱਟ ਕੁੱਟ ਮਾਰਨੇ ਜਾਫੀਓ ਰੇਡਰੋਂ, ਆਹ ਚੀਜ਼ ਦੇਖੋ ਤੁਸੀਂ ਕਿੰਨਾ ਬੰਦੇ ਦਾ ਬੈਲਸ ਆਉਂਦਾ, ਕਿਉਂਕਿ ਕਬੱਡੀ ਦੇ ਵਿੱਚ ਕੰਮ ਆਉਂਦਾ ਉਹੀ, ਬਸ ਥੋੜ੍ਹੀ ਤੇਜ਼ ਭੱਜਣ ਦਾ। ਲੰਬੀ ਸਪਰਿੰਟ ਲਾਉਣ ਦਾ ਵੀ ਕਈ ਵਾਰ ਜ਼ਿਆਦਾ ਫਾਇਦਾ ਨਹੀਂ, ਆਹ ਚੀਜ਼ ਆ, ਇੱਥੋਂ ਤੇਜ਼ ਭੱਜ ਕੇ ਉੱਧਰ, ਉੱਥੋਂ ਤੇਜ਼ ਭੱਜ ਕੇ ਇੱਧਰ, ਸੋ ਇੰਨਾ ਕੁ ਕੰਮ ਹੁੰਦਾ ਸਪੀਡ ਦਾ। ਥੈਂ 'ਤੇ ਜਿਹੜਾ ਬੰਦਾ ਸਪੀਡ ਫੜ ਗਿਆ ਰੇਡਰ ਜਾਫੀ, ਸਮਝ ਲਓ ਕਾਮਯਾਬ ਆ। ਹੁਣ ਪਿੰਕੇ ਦਾ ਬਹੁਤ ਇਹਨੂੰ ਸਾਹ ਚੜ੍ਹਿਆ ਪਿਆ, ਸੋ ਮੈਂ ਦੇਖਿਆ, ਮੈਂ ਜਿੰਮ 'ਚ ਬਹੁਤ ਪਿੰਕੇ ਬੰਦੇ ਦੇਖੇ ਨੇ, ਕਰਦੇ ਨਹੀਂ ਵੀਰੇ ਕੁਛ, ਜੇ ਕਰਦੇ ਵੀ ਨਹੀਂ ਉਹਨਾਂ ਜ਼ੋਰ ਨਹੀਂ ਲੱਗਦਾ ਬੰਦਾ, ਮਨਾ ਫੋਨ ਜਿਹਾ ਚੱਕ ਲੈਂਦਾ ਹੈ ਨਾ ਜਿੰਮ ਲਾਉਂਦਾ। ਹੁਣ ਇਹਦੇ ਨਾਲ ਤੇਰਾ ਸਾਰੀ ਆਕਸੀਜਨ ਬ੍ਰੇਨ 'ਚ ਜਾਂਦੀ, ਹੁਣ ਇੰਨਾ ਸਾਹ ਚੜ੍ਹਿਆ ਹੋਇਆ, ਇੰਨੀ ਜ਼ਿਆਦਾ ਤੇਰਾ ਲੰਗ ਸਿਸਟਮ ਸਟਰੋਂਗ ਹੁੰਦਾ ਉੱਤੇ ਜੀ, ਆਕਸੀਜਨ ਇੰਨੀ ਵਧੀਆ। ਬਾਕੀ ਨਾ ਪਿੰਕੇ, ਜਦੋਂ ਬ੍ਰੇਨ ਦੇ ਵਿੱਚ ਇੱਦਾਂ ਬੰਦੇ ਨੂੰ ਸਾਹ ਚੜ੍ਹਦਾ, ਐਕਸਰਸਾਈਜ਼ ਕਰਦਾ ਬੰਦਾ ਹੈ ਨਾ, BDNF ਬ੍ਰੇਨ ਡਰਾਈਵ ਨਿਊਰੋਟ੍ਰੋਫਿਕ ਫੈਕਟਰ ਬਹੁਤ ਵੱਧਦੇ ਨੇ, ਨਵੇਂ ਬ੍ਰੇਨ ਸ਼ੈੱਲ। ਕਈ ਵਾਰ ਹੁੰਦਾ ਨਾ ਸਵੇਰੇ ਐਕਸਰਸਾਈਜ਼ ਕਰਕੇ ਬੰਦਾ ਖੁਸ਼ ਖੁਸ਼ ਜਿਹਾ ਫੀਲ ਕਰਦਾ, ਅਤੇ ਕਿਉਂਕਿ ਯਾਰ ਪੋਲਿਊਸ਼ਨ ਨਹੀਂ ਹੁੰਦਾ ਹੈ ਨਾ, ਆਹ ਇੱਕ ਸਮਝ ਲਓ ਕਿ ਸਵੇਰੇ ਇੱਕ ਪੋਜ਼ੀਟਿਵ ਐਨਰਜੀ ਆ। ਬਾਕੀ ਯਾਰ ਹੁਣ ਐਕਸਰਸਾਈਜ਼ਾਂ ਸਿਰੇ ਨੇ ਹੈ ਨਾ, ਉਹ ਕੰਮ ਹੋ ਗਿਆ। ਕਹਿੰਦੇ ਵੀ ਜਿੱਦਾਂ ਮਰਜ਼ੀ ਕੋਈ ਬੰਦਾ, ਕਹਿੰਦਾ ਇੱਕ ਵਾਰ ਜਹਾਜ਼ ਲੰਘਿਆ ਜਾਂਦਾ ਵੀ ਜ਼ਰੂਰ ਦੇਖੋ, ਖੜ ਕੇ ਜ਼ਰੂਰ ਦੇਖੋ। ਚੱਲ ਠੀਕ ਆ ਪਿੰਕਾ, ਸਟਾਰਟ ਵਧਾਉਣ ਵਾਲੀ ਐਕਸਰਸਾਈਜ਼ ਫਿਰ ਕਿਹੜੀ ਕਹਿੰਦਾ ਜੀ ਤੂੰ? ਕਿਸੇ ਵੀ ਗੇਮ ਦੇ ਵਿੱਚ ਪਿੰਕਾ ਕਹਿੰਦਾ, ਜੇ ਸਟਾਰਟ ਵਧਾਉਣਾ ਐਕਸਰਸਾਈਜ਼ ਜ਼ਰੂਰ ਆਪਣੀ ਪਰਫੋਰਮ ਕਰਿਆ ਕਰੋ। ਕਿਉਂਕਿ ਮੂਵਮੈਂਟ ਹੀ ਹੁੰਦੀ ਆ, ਇੱਥੋਂ ਬੰਦਾ ਨਾ ਪਿਕਅਪ ਜੀ ਲੈਣੀ ਆਈ ਥਿੰਕ ਸਿੱਖ ਜਾਂਦਾ। ਲੰਜਸ ਅਤੇ ਬਰਬੀ, ਲੰਜਸ ਲਾ ਕੇ ਨਾਲੇ ਮਿੱਤਰੋ ਇੱਕ ਡੰਡ ਵੀ ਵਧੀਆ ਐਕਸਰਸਾਈਜ਼ ਆ ਕਰਨ ਨੂੰ। ਸਾਹ ਪਕਾਉਣ ਵਾਲੀਆਂ ਐਕਸਰਸਾਈਜ਼ਾਂ ਨੇ ਸਾਰੀਆਂ, ਤੁਹਾਡਾ ਸਟੈਮਿਨਾ ਬਣੂਗਾ ਨਾ, ਗਰਾਊਂਡਾਂ ਗਰੂੰਡਾਂ ਦੇ ਵਿੱਚ ਤੁਹਾਨੂੰ ਸਾਹ ਨਹੀਂ ਛੇਤੀ ਚੜੂਗਾ ਆਹ ਚੀਜ਼ਾਂ ਨਾਲ।
ਆਪੇ ਸੈੱਟ ਬਣਾ ਕੇ ਤੁਸੀਂ ਆਪਣੀ ਇੰਟੈਂਸਿਟੀ ਦੇ ਹਿਸਾਬ ਨਾਲ ਲਾ ਲਿਆ ਕਰੋ, ਕਿਉਂਕਿ ਬਾਅਦ 'ਚੋਂ ਬੰਦਾ ਥੱਕਦਾ ਵੀ ਜਾਂਦਾ ਜਿਉਂ ਜਿਉਂ ਬੰਦਾ ਹੈ ਨਾ। ਚੱਲ ਪਿੰਕੇ ਸਪਰਿੰਟ ਮਾਰ, ਖੜਨਾ ਨਹੀਂ। ਆਹ ਚੀਜ਼ ਇੱਕ ਯਾਰ ਬਹੁਤ, ਜਦੋਂ ਉਸਤਾਦ ਜੀ ਸਾਡੇ ਗੋਲਾ ਜਰਗ ਫਾਦਰ ਸਾਹਿਬ ਐਕਸਰਸਾਈਜ਼ ਕਰਾਉਂਦੇ ਸੀ ਨਾ, ਉਹ ਸਾਨੂੰ ਕਹਿੰਦੇ ਸੀ ਵੀ ਜਿੰਨਾ ਟਾਈਮ ਐਕਸਰਸਾਈਜ਼ ਕਰਾਉਣੀ ਆ ਮੈਂ ਕਿਸੇ ਵੀ ਟਾਈਮ ਤੁਹਾਨੂੰ ਕੁਛ ਵੀ ਕਹਿ ਸਕਦਾ। ਅਸੀਂ ਉਹਨਾਂ ਨੂੰ ਮਤਲਬ ਕੁਆਸਚਨ ਜੇ ਕਰਦੇ ਸੀ, ਉਹ ਕਹਿੰਦੇ ਮੇਰੀ ਮਰਜ਼ੀ ਆ, ਚਾਹੇ ਤੁਸੀਂ ਕੋਈ ਸੈੱਟ, ਅਸੀਂ ਕਹਿੰਦੇ ਯਾਰ ਅਸੀਂ ਤਾਂ ਡੈਡੀ ਸੈੱਟ ਲਾ ਕੇ ਹਟੇ ਹਾਂ ਨਾ, ਵੀ ਹੁਣ ਤਾਂ ਸਾਨੂੰ ਸਾਹ ਚੜਿਆ ਹੋਇਆ। ਉਹ ਕਹਿੰਦੇ ਨਹੀਂ ਵੀ ਜਿਹੜੀ ਮੈਂ ਐਕਸਰਸਾਈਜ਼ ਤੁਹਾਨੂੰ, ਚਾਹੇ ਤੁਸੀਂ ਕੋਈ ਐਕਸਰਸਾਈਜ਼ ਫਿਨਿਸ਼ ਕਰੀ ਆ, ਵੀ ਜਿਹੜੀ ਵੀ ਐਕਸਰਸਾਈਜ਼ ਮੈਂ ਤੁਹਾਨੂੰ ਕਹਿਤੀ ਉਹ ਤੁਸੀਂ ਨਾਲ ਦੀ ਨਾਲ ਜਦੀ ਲਾਉਣੀ ਲਾਉਣੀ ਆ। ਕਈ ਵਾਰ ਇੰਨੀ ਬਸ ਹੁੰਦੀ ਆ, ਕਿਉਂਕਿ ਹੁਣ ਬੰਦਾ ਪਿੰਕੇ ਨੇ ਆਹ ਸੈੱਟ ਲਾਇਆ ਸੀਗਾ ਇੱਕ ਡੰਡ ਅਤੇ ਲੰਜਸ, ਅਤੇ ਜਾਨੂੰ ਬੰਦਾ ਖੜ ਲੱਗਦਾ ਉੱਧਰੋਂ, ਸਾਨੂੰ ਸਾਡੇ ਫਾਦਰ ਸਾਹਿਬ ਕਹਿੰਦੇ ਸੀ ਖੜਨਾ ਨਹੀਂ, ਚਾਲ ਵੀ ਤੇਰੀ ਦੂਜੀ ਐਕਸਰਸਾਈਜ਼ ਆ ਗਈ। ਕਈ ਵਾਰ ਇਹ ਹੁੰਦਾ ਸੀ ਕਿ ਇੱਕੋ ਲੱਤ ਦੋ ਲਵਾਉਣੀ, ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਹੁਣ ਆਹ ਐਕਸਰਸਾਈਜ਼ ਗਾਹਾਂ ਵਾਲੀ ਉਸਤਾਦ ਨੇ ਆਹ ਹੁਣੇ ਕਹਿ ਦੇਣੀ ਆ। ਓਕੇ ਪਿੰਕੇ ਹੁਣ ਖੜਨਾ, ਗੇੜਾ ਲਾਇਆ ਭੱਜ, ਹੌਲੀ ਦੇਣੇ, ਤੁਰ ਕੇ ਲਾਇਆ ਚਾਹੇ ਸਲੋਅ ਲਾਇਆ, ਕਿਉਂਕਿ ਕਈ ਵਾਰ ਨਾ ਜਦੋਂ ਤੁਸੀਂ ਇੰਨੀ ਜ਼ਿਆਦਾ ਹਾਈ ਇੰਟੈਂਸਿਟੀ 'ਚ ਵਰਕਆਊਟ ਕਰਦੇ ਹੋ, ਹਾਰਟ ਰੇਟ ਬਹੁਤ ਜ਼ਿਆਦਾ ਅੱਪ ਹੁੰਦੀ ਆ, ਇੱਕੋ ਲੱਤ ਤੁਸੀਂ ਬਹਿਣਾ ਨਹੀਂ, ਜ਼ਿਆਦਾ ਇੱਥੇ ਤੁਸੀਂ ਮੈਡੀਟੇਸ਼ਨ ਕਰਨਾ, ਬਾਅਦ 'ਚੋਂ ਸਟ੍ਰੈਚ ਟ੍ਰੁੱਚ ਕਰਨਾ, ਹੌਲੀ ਭੱਜ ਕੇ ਆਓ, ਵਾਹ ਕਰਕੇ ਆਓ, ਕਿਉਂਕਿ ਤੁਹਾਡਾ ਇੱਕ ਤਰ੍ਹਾਂ ਦਾ ਤੁਸੀਂ ਸਮਝ ਲਓ ਕਿ ਉਹਨੂੰ ਹਾਰਟ ਰੇਟ ਨੂੰ ਡਾਊਨ ਕਰਨਾ। ਸੋ ਇੱਕੋ ਲੱਤ ਬਹਿ ਕੇ ਤੁਹਾਡੀ ਬੋਡੀ ਦੂਜੇ ਦਿਨ ਟਾਈਡ ਫੀਲ ਕਰੂਗੀ। ਹੁੰਦਾ ਨਾ ਕਈ ਮਤਲਬ ਬਹੁਤ ਛੇਤੀ ਵਰਕਆਊਟ ਕਰਦੇ ਨੇ ਫਿਰ ਜਦੀ ਬਹਿ ਜਾਂਦੇ ਨੇ, ਸੋ ਸਟਾਰਟ ਵੀ ਤੁਸੀਂ ਵਾਰਮ ਅਪ ਕਰਕੇ ਹੌਲੀ ਹੌਲੀ ਇੰਟੈਂਸਿਟੀ ਵਧਾਉਣੀ ਹੈ, ਅਤੇ ਕੂਲ ਡਾਊਨ ਵੀ ਤੁਸੀਂ ਇੱਦਾਂ ਹੌਲੀ ਹੌਲੀ ਹੋ ਕੇ ਸਟ੍ਰੈਚ ਕਰਨਾ, ਤਾਂ ਕਿ ਦੂਜੇ ਦਿਨ ਤੁਹਾਡੇ ਮਸਲ ਦੀ ਰਿਕਵਰੀ ਹੋਵੇ, ਬੋਡੀ ਟਾਈਟ ਨਾ ਫੀਲ ਕਰੇ। ਜਿੰਨੀ ਵੀ ਐਕਸਰਸਾਈਜ਼ ਹੁਣ ਕੀਤੀ ਆ ਇਹ ਤਾਂ ਚਲੋ ਬੰਦੇ ਨੇ ਕੈਲਰੀ ਬਰਨ ਕੀਤੀ ਹੈ ਕੀਤੀ ਆ, ਪਰ ਘਰੇ ਜਾ ਕੇ ਵੀ ਬੰਦੇ ਦੀ ਬੋਡੀ ਰਿਕਵਰ ਹੋਣਾ, ਜਿਹਨੂੰ ਕਹਿੰਦੇ ਨੇ ਵੀ ਯਾਰ ਪੋਸਟ ਵਰਕਆਊਟ ਤੁਹਾਡੀ ਬੋਡੀ ਆਕਸੀਜਨ ਨੂੰ ਬੈਕਅਪ ਕਰਦੀ ਆ, ਇਹਦਾ ਮਤਲਬ ਇਹ ਨਹੀਂ ਕਿ ਇੱਥੇ ਹੀ ਵਰਕਆਊਟ ਕਰ ਲਿਆ, ਇੱਥੇ ਹੀ ਫੈਟ ਬਰਨ ਹੋ ਗਈ, ਅੱਧਾ ਘੰਟਾ ਘੰਟਾ ਲਾ ਲਿਆ, ਕਿਉਂਕਿ ਹੁਣ ਤੁਸੀਂ ਬੋਡੀ ਨੂੰ ਸਟ੍ਰੈਸ ਦਿੱਤਾ, ਹੁਣ ਬੋਡੀ ਸਾਰੀ ਦਿਹਾੜੀ ਰਿਕਵਰ ਹੋਣੀ ਆ, ਆਕਸੀਜਨ ਦੀ ਉਹਨੂੰ ਡਿਮਾਂਡ ਕਾਫੀ ਆ, ਉਹਦੇ ਨਾਲ ਉਹਦੀ ਫੈਟ ਬਰਨ ਚੱਲੀ ਜਾਣੀ ਆ, ਅਤੇ ਉਹ ਇੱਕ ਅੱਡ ਫਾਇਦੇ ਨੇ। ਚਲੋ ਬਾਕੀ ਸਟੈਮਿਨਾ ਪਕਾਉਣਾ, ਤੁਸੀਂ ਤੁਹਾਡਾ ਹਾਰਟ ਹੈਲਦੀ, ਤੁਹਾਡਾ ਫੈਟ ਮਾਸ ਘਟਾਉਣਾ, ਹੋਰ ਬਹੁਤ ਚੀਜ਼ਾਂ ਨੇ, ਸੋ ਬਹੁਤ ਜ਼ਿਆਦਾ ਬੈਨੀਫਿਟ ਨੇ ਇੱਦਾਂ ਦੇ ਵਰਕਆਊਟ ਦੇ ਜੇ ਆਪਣੀ ਬੋਡੀ 'ਚ ਤੁਸੀਂ ਜਾਨ ਪਾਉਣੀ ਆ। ਜੇ ਤਾਂ ਕੋਈ ਗੇਮ ਕਰਦੇ ਹੋ ਫਿਰ ਤਾਂ ਠੀਕ ਹੈ ਠੀਕ ਆ, ਜੇ ਫੈਟ ਲੋਸ ਲਈ ਆਪਣੇ ਆਪ ਨੂੰ ਹੈਲਦੀ ਰੱਖਣ ਲਈ ਆਹ ਚੀਜ਼ਾਂ ਕਰ ਰਹੇ ਹੋ ਫਿਰ ਵੀ ਇਹ ਚੀਜ਼ ਬੈਸਟ ਆ। ਪੂਰੀ ਪੂਰੀ ਨੈਚੁਰਲ ਲੀਨ ਗੇਨਿੰਗ ਦੇ ਵਿੱਚ ਵੀ ਕਿੰਨੇ ਵਧੀਆ ਐਪ ਵਿਜ਼ੀਬਲ ਨੇ। ਸੋ ਬਾਕੀ ਡਾਇਟ ਦਾ ਬਹੁਤ ਜ਼ਿਆਦਾ ਹੈ ਨਾ ਰੋਲ ਪਲੇ ਇਹਦੇ ਵਿੱਚ, ਐਕਸਰਸਾਈਜ਼, ਨੌਲੇਜ, ਉਈ ਵਾਧੂ ਮੱਥਾ ਮਾਰਨਾ ਵੀ ਸਰੀਰ ਨਹੀਂ ਬਣਦੇ ਹੈਗੇ। ਅਤੇ ਹੁਣ ਆਪਾਂ ਅੱਜ ਲਈ ਕਾਫੀ ਆ, ਅਤੇ ਨੈਕਸਟ ਕੋਈ ਵਰਕਆਊਟ ਵੀਡੀਓ ਪਾਵਾਂਗੇ ਹੋਰ, ਜਾਂ ਫਿਰ ਕਾਰਡੀਓ ਵਰਕਆਊਟ, ਬਾਹਰ ਦਾ ਵਰਕਆਊਟ, ਜਾਂ ਕਈ ਵਾਰ ਜਿਮ ਦਾ ਵਰਕਆਊਟ ਦੇਖਾਂਗੇ ਅਸੀਂ, ਪਲੈਨ ਕਰਾਂਗੇ ਤੁਹਾਡੇ ਲਈ ਕੋਈ ਵਰਕਆਊਟ ਵੀਡੀਓ ਜਾਂ ਇੱਦਾਂ ਦੇ ਵਧੀਆ ਹੋਰ ਟਿਪਸ ਟਰਾਈ ਕਰਾਂਗੇ ਕਿ ਅੱਗੇ ਵੀ ਤੁਹਾਨੂੰ ਦਿੰਦੇ ਰਹੀਏ। ਹੁਣ ਆਪਾਂ ਮਿਲਦੇ ਹਾਂ ਮਿੱਤਰੋ ਨੈਕਸਟ ਕਿਸੇ ਨਵੀਂ ਵੀਡੀਓ 'ਚ। ਵਾਹਿਗੁਰੂ ਮਿਹਰ ਕਰੇ, ਲਵ ਯੂ ਆਲ।